टकसाली नेता सेवा सिंह सेखवा ने आम आदमी पार्टी से गठजोड़ की बात बताते हुए कहा कि 7 तारीख को इस पर पूरी मोहर लग जाएगी। सीनियर लीडरशिप की मीटिंग सी, असी इस मीटिंग दे विच विचार वटांदरा कीता आ कि जो गल साडी आम आदमी पार्टी नाल अपने चल रही है उहदे वास्ते असी अपने ग्राउंड वर्क जिहड़ा उह कीता आ। अज इस तों बाद 2-3 दिन दे बाद असी दोवें पार्टियां मुड़ के इकट्ठियां होणगियां, श्रोमणी अकाली दल टकसाली ते आम आदमी पार्टी, उहनां दी लीडरशिप भी आएगी, साडी भी लीडरशिप जाएगी, तो असी उत्थे इकट्ठे हो के फिर आखिरी फैसला जिहड़ा उह लवांगे कि किन्नियां सीटां ते श्रोमणी अकाली दल टकसाली ने इलैक्शन लड़नी आ ते किन्नियां सीटां ते आम आदमी पार्टी ने लड़नी आ, किहड़ियां किहड़ियां सीटां किहनूं किहनूं मिलणियां ने, इहदे वास्ते उस दिन असी फैसला करांगे। वेखो इहदे च कोई दो रावां नहीं कि असी 2 सीटां अनाउंस कर चुके हां आनंदपुर साहब दी, अपने सरदार जी सरदार वीर दविंदर सिंह होनी साडे उत्थों कैंडिडेट ने, इहदे तों इलावा असी खडूर साहब दी सीट जिहड़ी आ ओह जनरल जे जे सिंह जी उत्थों साडे उम्मीदवार ने, ते आम आदमी पार्टी ने भी 5 सीटां जिहड़ियां ने ਉਹ ਪਹਿਲਾਂ ਆਲਰੇਡੀ ਐਲਾਨ ਕੀਤੀਆਂ ਹੋਈਆਂ ਨੇ, ਲੇਕਿਨ ਅਸੀਂ ਇਸੇ ਕਰਕੇ ਅਗਲੀ ਮੀਟਿੰਗ ਕਰ ਰਹੇ ਹਾਂ, ਅਸੀਂ ਆਪਣੇ ਫੈਸਲੇ ਆਪਣੀ ਪਾਰਟੀ ਦੇ ਤੇ ਅੱਜ ਕਰ ਲਏ, ਲੇਕਿਨ ਉਹਨਾਂ ਨਾਲ ਵੀ ਅਸੀਂ ਇਹ ਗੱਲਾਂ ਕਰਨੀਆਂ ਕਿ ਆਹ 2 ਸੀਟਾਂ ਸਾਡੀਆਂ ਅਨਾਊਂਸ ਹੋਈਆਂ ਨੇ, ਤੁਹਾਡੀਆਂ 5 ਸੀਟਾਂ ਅਨਾਊਂਸ ਹੋਈਆਂ ਨੇ, ਉਹਦੇ 'ਚ ਮੈਂ ਸਮਝਦਾ ਇੱਕ ਹੀ ਸੀਟ ਆ ਆਨੰਦਪੁਰ ਸਾਹਿਬ ਦੀ ਜਿੱਥੋਂ ਸਾਡੇ ਦੋਵਾਂ ਦੇ ਕੈਂਡੀਡੇਟ ਜਿਹੜੇ ਨੇ ਉਹ ਅਨਾਊਂਸ ਹੋਏ ਆ, ਬਾਕੀ ਜਿਹੜੇ ਉਹਨਾਂ ਦੀਆਂ 4 ਸੀਟਾਂ ਨੇ ਉੱਥੋਂ ਕੋਈ ਸਾਡਾ ਉਮੀਦਵਾਰ ਖੜਾ ਨਹੀਂ ਹੋਇਆ, ਅਤੇ ਜਿਹੜੀਆਂ ਅਸੀਂ 2 ਸੀਟ ਐਲਾਨ ਕੀਤੀ ਆ ਉੱਥੇ ਉਹਨਾਂ ਦਾ ਕੋਈ ਉਮੀਦਵਾਰ ਨਹੀਂ ਖੜਾ ਹੋਇਆ। ਸੋ ਇਸ ਕਰਕੇ ਉਦਣ ਅਸੀਂ ਇਹ ਫੈਸਲਾ ਕਰਾਂਗੇ ਅਤੇ ਸਾਡੀ ਕੋਸ਼ਿਸ਼ ਇਹ ਹੋਏਗੀ ਹਰ ਹਾਲਤ ਵਿੱਚ ਵੀ ਉਹ ਜਿਹੜੀ ਸੀਟ ਆ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹਿੱਸੇ ਆਵੇ। ਉਹਦਾ ਕਾਰਨ ਆ ਕਿ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਚੱਲ ਰਹੇ ਹਾਂ, ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਚੱਲਦਾ ਆ, ਅਤੇ ਆਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਉਹ ਸਿੱਖਾਂ ਦੇ ਆਪਣੇ ਤਖਤ ਦੀ ਸੀਟ ਆ ਕੇਸਗੜ੍ਹ ਸਾਹਿਬ ਵਾਲੀ, ਸੋ ਇਸ ਕਰਕੇ ਉਹਨੂੰ ਅਕਾਲੀ ਦਲ ਟਕਸਾਲੀ ਦਾ ਛੱਡਣਾ ਔਖਾ ਆ। ਸੋ ਅਸੀਂ ਉਸ ਦਿਨ ਇਹ ਕੋਸ਼ਿਸ਼ ਕਰਾਂਗੇ ਕਿ ਇੱਕ ਹੀ ਉਮੀਦਵਾਰ ਉੱਥੋਂ ਲੜੇ। ਜਿਹੜਾ ਕਈ ਸੀਟਾਂ ਕਰ ਦਿੱਤੀਆਂ ਗਈਆਂ ਨੌਂ ਸਾਹਿਬ ਵੱਲੋਂ ਵੀ ਜਿਹਦਾ ਭਗਵੰਤ ਮਾਨ ਦੀ ਹੋ ਗਈ, ਤੇ ਤੁਹਾਡੀਆਂ ਮਨਪਸੰਦ ਦੀਆਂ ਸੀਟਾਂ ਫਿਰ ਉਹ ਵਾਪਸ ਲੈਣਗੇ, ਕਿੱਦਾਂ ਹੋਏਗਾ? ਵੇਖੋ ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹਿ ਬੈਠਾ ਕਿ ਇੱਕ ਹੀ ਸੀਟ ਆ ਜਿੱਥੇ ਸਾਡੇ ਦੋਵਾਂ ਦੇ ਉਮੀਦਵਾਰ ਅਨਾਊਂਸ ਹੋਏ ਨੇ, ਜਿਹੜੀਆਂ ਬਾਕੀ ਉਹਨਾਂ ਦੀਆਂ 4 ਸੀਟਾਂ ਅਨਾਊਂਸ ਹੋਈਆਂ ਉੱਥੇ ਸਾਡਾ ਕੋਈ ਉਮੀਦਵਾਰ ਨਹੀਂ ਅਨਾਊਂਸ ਹੋਇਆ, ਅਤੇ ਇੱਕ ਉਮੀਦਵਾਰ ਜਿਹੜਾ ਸਾਡੇ ਖਡੂਰ ਸਾਹਿਬ ਅਨਾਊਂਸ ਹੋਏ ਨੇ ਉੱਥੇ ਉਹਨਾਂ ਦਾ ਕੋਈ ਉਮੀਦਵਾਰ ਨਹੀਂ। ਇੱਕ ਹੀ ਸੀਟ ਆ ਜਿਹਦੇ 'ਤੇ ਅਸੀਂ ਪੂਰੀ ਡਿਸਕਸ਼ਨ ਕਰਨੀ ਆ, ਅਤੇ ਬਾਕੀ ਜਿਹੜੀਆਂ 12 ਸੀਟਾਂ ਨੇ ਉਹਦੇ 'ਤੇ ਕਿੱਥੇ ਕਿੱਥੇ ਕਿੰਨੇ ਕਿੰਨੇ ਲੜਨਾ, ਕਿੰਨੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੜਨੀਆਂ ਨੇ ਅਤੇ ਕਿੰਨੀਆਂ ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਲੜਨੀਆਂ, ਇਹ ਅਗਲੀ ਮੀਟਿੰਗ 'ਚ ਫੈਸਲਾ ਕਰਾਂਗੇ। ਰਸਮੀ ਤੌਰ 'ਤੇ ਕਦੋਂ ਐਲਾਨ ਕਰ ਰਹੇ ਹੋ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਟਕਸਾਲੀ ਦਾ ਰਸਮੀ ਤੌਰ ਦਾ ਜਿਹੜਾ ਐਲਾਨ ਹੈਗਾ? 7 ਤਰੀਕ ਨੂੰ ਅਸੀਂ ਮੀਟਿੰਗ ਰੱਖ ਲਈ, 7 ਤਰੀਕ ਨੂੰ ਇਹ ਫੈਸਲਾ ਹੋ ਜਾਏਗਾ। ਕਿੱਥੇ ਹੋਈ ਸੀ ਮੀਟਿੰਗ? ਚੰਡੀਗੜ੍ਹ। ਅਜੇ ਗੱਠਜੋੜ ਬਣਿਆ ਨਹੀਂ ਤੇ ਢੀਂਡ ਉਹਦਾ ਰੰਧਾਵਾ ਜੀ ਦਾ ਬਿਆਨ ਆ ਗਿਆ ਤੇ ਕੁੰਵਰ ਸੁੱਧੂ ਜੀ ਦਾ ਬਿਆਨ ਆਇਆ ਕਿ ਇਹਦਾ ਕੋਈ ਵੈਲਿਊ ਨਹੀਂ ਹੈਗੀ ਗੱਠਜੋੜ। ਵੇਖੋ ਕੋਈ ਕੁਛ ਕਵੇ, ਹਰ ਇੱਕ ਬੰਦੇ ਨੇ ਆਪੋ ਆਪਣੀ ਗੱਲ ਕਰਨੀ ਹੁੰਦੀ ਹੈ, ਉਹਨੂੰ ਗੱਲ ਕਰਨ ਦਾ ਹੱਕ ਆ। ਸੋ ਇਸ ਕਰਕੇ ਕੋਈ ਕੁਛ ਕਹੀ ਜਾਵੇ ਸਾਡੀ ਸਿਹਤ ਤੇ ਉਹਦਾ ਕੋਈ ਅਸਰ ਨਹੀਂ, ਅਸੀਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ। ਬਿਲਕੁਲ ਢੀਂਡਸਾ ਸਾਹਿਬ ਮਨ ਕਰਕੇ ਸਾਡੇ ਨਾਲ ਨੇ, ਅਸੀਂ ਹੁਣ ਤੱਕ ਜੋ ਕੁਝ ਵੀ ਕਿਹਾ ਕੀਤਾ ਆ ਉਹਨਾਂ ਦੀ ਸਲਾਹ ਨਾ ਕਰਦੇ ਰਹੇ, ਤੇ ਉਹ ਅੱਜ ਵੀ ਦਿਲੋਂ ਸਾਡੇ ਨਾਲ ਨੇ। ਵੇਖੋ ਇਹ ਤੇ ਮੈਂ ਨਹੀਂ ਕਹਿ ਸਕਦਾ, ਇਹ ਤੇ ਢੀਂਡਸਾ ਸਾਹਿਬ ਹੀ ਦੱਸ ਸਕਦੇ ਆ, ਲੇਕਿਨ ਮੈਂ ਇਹ ਗੱਲ ਕਹਿ ਸਕਦਾ ਕਿ ਉਹਨਾਂ ਦੀ ਹਰ ਤਰ੍ਹਾਂ ਦੀ ਹਮਦਰਦੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ। ਪੰਜਾਬੀ ਏਕਤਾ ਪਾਰਟੀ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਸੀਗਾ ਉਸ ਦੇ ਨਾਲ ਗੱਠਜੋੜ ਦੀ ਗੱਲ ਚੱਲਦੀ ਸੀ, ਕੀ ਕਾਰਨ ਰਹੇ ਕਿ ਗੱਠਜੋੜ ਵਾਪਸ ਤੁਸੀਂ ਨਹੀਂ ਉਹਦੇ ਲਈ? ਵੇਖੋ ਇਹ ਗੱਲ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਸਾਡਾ ਪਹਿਲੀ ਗੱਲ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦਾ ਅਸੀਂ ਕਦੀ ਹਿੱਸਾ ਨਹੀਂ ਰਹੇ, ਕਿਉਂਕਿ ਉਹਦੀ ਆਪਣੇ ਜਿਹੜੀ ਬਣਤਰ ਆ ਪਟਿਆਲਾ ਵਿਖੇ ਬਣੀ ਸੀਗੀ, ਅਸੀਂ ਉਸ ਵੇਲੇ ਉਹਦੇ 'ਚ ਸ਼ਾਮਿਲ ਨਹੀਂ ਸਾਂ, ਲੇਕਿਨ ਉਸ ਅਲਾਈਅੰਸ ਦੇ ਨਾਲ ਸਾਡੀ ਗੱਲਬਾਤ ਜ਼ਰੂਰ ਹੁੰਦੀ ਰਹੀ ਆ, ਅਸੀਂ 3-4 ਮੀਟਿੰਗਾਂ ਉਹਨਾਂ ਨੇ ਕੀਤੀਆਂ ਨੇ, ਅਤੇ ਸਾਡੀ ਤਮੰਨਾ ਸੀ
कि पंजाब के लोग चाहते हैं कि जिहड़ियां रवायती पार्टियां ने उन्हां दा बदल कोई तैयार हो, अकाली दल बीजेपी ते कांग्रेस का बदल पंजाब के लोग चाहते ने हो, लोकां दी तमन्ना करके असी वह मीटिंगां कीतियां। ये मीटिंगां साडियां हुण भी जारी ने और मैं एक फार्मूला दिता जिहड़े पंजाब दे अच्छे लोग ने सारे पॉलिटिशियन ने उन्हां नूं कहा आ कि जिहड़ियां रवायती पार्टियां तो पंजाब दे लोग दुखी आ, जे वाकई तुसीं मन करके उन्हां नूं हराउणा चाहुंदे हो ते 13 सीटां ते एक ही उम्मीदवार एक एक उम्मीदवार दे, उत्थे भावें पंजाब डेमोक्रेटिक अलायंस आ, भावें अकाली दल टकसाली आ, चाहे आम आदमी पार्टी आ। जिवें मिसाल दे तौर ते भगवंत मान जी अपने कैंडीडेट ने संगरूर तों, जे आपां अलायंस नहीं भी कर सकते तो घट्टो घट्ट पंजाब डेमोक्रेटिक अलायंस जिहड़ा आ उत्थे अपना उम्मीदवार खड़ा ना करे। इस तरह जे खहरा साहब ने वह लड़ना चाहते ने अपने बठिंडे तो, तो उत्थे आम आदमी पार्टी जां टकसाली अपना उम्मीदवार खड़ा ना कर। इस तरह गांधी जी ने वह पटियाले तो लड़ना चाहते होर उत्थे कोई उम्मीदवार खड़ा ना हो। बैंस भरा ने अच्छी फाइट दे सकते हैं लुधियाने तो, उत्थे कोई दूजा उम्मीदवार ना खड़ा किया जाए। जेकर वह कांग्रेस पार्टी नाल आम आदमी पार्टी का समझौता होंदा, असी किसे कीमत ते आम आदमी पार्टी नाल समझौता नहीं करांगे। कोई भी करदा होवे उन्हां दीआं कोशिशां उन्हां नूं मुबारक है, वो किसे नाल भी कर सकदे आ, लेकिन श्रोमणी अकाली दल टकसाली कांग्रेस पार्टी जिन्हें दरबार साहब ते हमला किया होवे, 84 ते दिल्ली का कतलेआम किया होवे, उस पार्टी नाल साडा किसे कीमत ते अलायंस नहीं हो सकता। ते जिहड़ी पार्टी उहदे नाल अलायंस करेगी असी बिल्कुल उहदे नाल नहीं जा सकते। दूसरे पासे श्रोमणी अकाली दल बादल जिन्हां ने बहुत वड्डे पाप पिछले समय च कीते, बड़े वड्डे गुनाह कीते ने, असी किसे कीमत ते उहनां नाल भी नहीं जा सकते। असी नाल सीगे लेकिन असी उस वेले ही उस गल का विरोध करते रहे हैं। बहुत वारी ये गल्लां हो गईयां, लेकिन तुसीं ये वेखो कि असी वो तीन इंसान हाँ, मैं ब्रह्मपुरा साहब तो डॉक्टर रतन सिंह जिन्हां ने कुरबानी की है, अपनी पार्टी छड़नी सौखा काम नहीं, तीन तीन पीढ़ियां हो गई, पार्टी ने भी सानू बड़े मान सम्मान दिते आ। जेकर असी असूल की खातर सिधांती खातर कुरबानियां दित्तियां, असी अस्तीफे दिते आ, असी कोई कुछ हासिल नहीं किया। इस गल ते विरोध तां की आ कि श्रोमणी अकाली दल ने जिहड़ी सौदे साध नूं माफ़ी दित्ती आ गलत कीता, जिहड़ा अकाल तख्त साहब दे माण मर्यादा नूं सट वजी आ, श्रोमणी कमेटी दी जिहड़ी आ उह राजनीतिकरण होया आ, श्रोमणी अकाली दल उह पार्टी जिन्हें 10 साल लगातार राजभाग कीता होवे ते मुड़ के 15 सीटां ते आ जाए ते तीसरे नंबर ते पंजाब च आवे। इन्हां गल्लां करके असीं पार्टी नूं पहिलां अंदर वड़ के समझाउंदे रहे आ, जदों साडी गल नहीं सुनी गई फिर एज ए प्रोटेस्ट असी अपने अहुदियां तो अस्तीफे दिते आ, असी कुरबानी की आ सिधांत की खातर। एक तुसीं कह रहे हो कि जे आम आदमी नाल गठजोड़ नहीं देगा जे कांग्रेस ना करदी है, उपर लेवल ते हो रही है गल, तुसीं पंजाब लेवल ते कह रहे हो कि अगर नैशनल लेवल ते उहनां दा नैशनल लेवल ते भी जे कांग्रेस पार्टी नाल समझौता करनगे, असी किसे कीमत ते उहनां नाल समझौता नहीं करांगे। नहीं, 7 तरीक तो पहलां साडी उहनां नाल कोई मीटिंग फिक्स नहीं होई, 7 तरीक नूं ते उहनां दी पंजाब लेवल दी जिहड़ी लीडरशिप आ उह साडे नाल मीटिंग करेगी। उस दिन फाइनल मन्निया जाएगा कि गठजोड़ हो सकदा? मोस्ट प्रोबेबली उह दिन फाइनल हो जाएगा।